प्रोग्राम डेली हो है कल मैनू छुट्टी सी मेरी छुट्टी खराब करती जे जाना ही सी के फिर अज्जे भग जांदी तू मेरी छुट्टी क्यों खराब करी सी कल ना रोटी तो मैं बस खा लू मैं हूँ बाय बाय चलो तुस तां आने वाली हो पैन थोड़ी बाय बाय। गाइस गुड मॉर्निंग वेलकम बैक टू माय यूट्यूब चैनल किवें तुसीं सारे आई होप के तुसीं ठीक होवोगे। तो गाइस अज असीं भी गए नेगे किसी काम वास्ते रिश्तेदार दे नाल बच्चे तुहाने देख लिया स्कूल चल गए नेगे ते मैं हुण हैगा अज जमा कल्ला घरे ते आपे तैयार हो के आपे रोटी खा के आपे जाणागा बच्चे चल गए ने स्कूल तुहानूं दस्सी आ। ते हुण सब तो पहला तां कुछ खाने पीने हैगे ते खा पी के उस तों बाद रेडी होके मैं भी चल जूगा ते फिर शाम नूं वापस आवांगे जद तक बच्चे भी आउणगे सारे जणे फिर इकट्ठे होवांगे। हाँ वो रोक्सी तो हैगी सच मैं भुल गया सी रोक्सी तेनू है तू तो हैगी सी घरे मैं कि ना मैं कल्ला ही रह गया तू भी हैगी नाल मेरे है ना। हाँ चलो पहला तो बस खाइए रोक्सी आप खाना बना के चलो गाइस पहला तो मैं बनाऊंगा गा खीर खीर बना के खाने लो जी दुध पा लिया ये भी हूँ आप समान पाना गा ये वाला दो चमच तीन हो गए घोल के चंगी तरह बढ़िया टेस्ट बना के फिर खावे टेस्ट ही बन जाता गा। लो जी गाइस तैयार हो गया बस दो मिनट लगे सारे इन्नी छेती तैयार हो जाता है नाल दी नाल रेडी लो जी। जी कटने तो बाद पावे आप चॉकलेट सिरप थोड़ा टेस्ट बन जूगा ये ना बहुत मैं पा के थोड़ा घोल दें गाढ़ा हो गया वैसे इन्ना गाढ़ा होता नहीं थोड़ा जहा दुध घट से बत पाए थे पाउडर लो जी गए हंट बनाया सी वो रेडी है लो जी आप बस खा के उस तो बाद रेडी होवे रेडी होने तो बाद रोटी खा के बस चल जाना ड्यूटी फिर। हेलो गली की कर रहे हो गे हम हेलो फतेह की कर रहे हो तू तो नमकीन खाई है कर सर दड़ी हाँ तू दस तू बहुत औखी है की है की इधर हूँ हूँ इधर की करना ही है फिर की वो डिगदी फिरती है कितनों लगी हुई की पूछे तेनू किवें की हो गया पई सी गई सी इलाज करा ला के रोग आई है हैं छुट्टी कल की बना उधर स्टोर तो सुता पेगा कुड़े तो बना होना नहीं रबना दस पहला बना नहीं रबन भी हाँ जी गए शाम के साढ़े छे बज गए
ਹੁਣ ਡਿਊਟੀ ਤੋਂ ਫ੍ਰੀ ਹੋ ਕੇ ਘਰੇ ਪਹੁੰਚੇਗਾ ਅਤੇ ਘਰੇ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਗਰਲੀਨ ਸਕੂਲ ਦੇ ਵਿੱਚ ਇੱਕ ਕੰਪੀਟੀਸ਼ਨ ਸੀਗਾ ਇਹਦਾ ਡਰਾਇੰਗ ਬਣਾਉਣ ਦਾ ਕੰਪੀਟੀਸ਼ਨ ਸੀਗਾ ਅਗਰ ਸਕੂਲ ਦੇ ਵਿੱਚ ਗਰਲੀਨ ਦਾ ਉਹਦੇ ਵਿੱਚ ਇਹਨੇ ਪਾਰਟੀਸੀਪੇਟ ਕੀਤਾ ਸੀਗਾ ਅਤੇ ਇੱਕ ਆਰਟੀਕਲ ਬਣਾਇਆ ਸੀਗਾ ਗਰਲੀਨ ਨੇ ਉਹ ਤੁਹਾਨੂੰ ਦਿਖਾਉਣੇ ਹੈਗੇ ਸਾਰੇ ਬੱਚਿਆਂ ਨੇ ਸਾਰੇ ਬੱਚਿਆਂ ਦੀ ਹੁੰਦਾ ਫਿਰ ਕੰਪੀਟੀਸ਼ਨ ਦਾ ਇਕੱਲੇ ਬੰਦੇ ਨਾਲ ਥੋੜ੍ਹੀ ਹੁੰਦਾ ਕੰਪੀਟੀਸ਼ਨ ਹਾਂ ਉਹੀ ਮੈਂ ਕਹਿ ਰਿਹਾ ਹੈਗਾ ਤੁਹਾਨੂੰ ਦਿਖਾਉਣਾ ਗਾਇਸ ਵੀ ਗਰਲੀਨ ਨੇ ਕੀ ਬਣਾਇਆ ਸੀਗਾ ਪੋਸਟਰ ਡਰਾਇੰਗ ਤਾਂ ਵਧੀਆ ਕਰ ਲੈਂਦੀ ਹੈਗੀ ਬਾਕੀ ਕੰਮਾਂ ਦੇ ਵਿੱਚ ਅਜੇ ਥੋੜੀ ਜਿਹੀ ਢਿੱਲੀ ਹੈਗੀ ਡਰਾਇੰਗ ਰੂਮ ਦੇ ਵਿੱਚ ਠੀਕ ਹੈ ਵਧੀਆ ਹੈਗੀ ਉਹ ਦੇਖੋ ਬਾਹਰ ਤੁਹਾਨੂੰ ਦਿਖਾਉਣਾ ਸਾਡਾ ਸਰਾਰਤੀ ਬੰਦਾ ਕੀ ਕਰ ਰਿਹਾ ਹੈਗਾ ਖੇਡਦਾ ਫਿਰ ਰਿਹਾ ਹੈਗਾ ਟਿਊਸ਼ਨ ਗਿਆ ਸੀ ਦੇਖਦੇ ਵੀ ਅੰਦਰ ਕੀ ਬਣਾ ਰਹੇ ਨੇ ਕੀ ਕਰ ਰਹੇ ਹੋਗੇ ਸੈਲਡ ਮੈਂ ਸੈਲਡ ਦੀ ਜਗ੍ਹਾ ਹੋਰ ਕੁਛ ਖਾਣਾ ਹੀ ਨਹੀਂ ਖਾਣਾ ਜੀ ਅੱਕਿਆ ਪਿਆ ਹੋਰ ਕੁਛ ਦੇ ਖਾਣ ਨੂੰ ਇੱਕ ਤਾਂ ਮਸੰਮੀ ਦੇ ਦੇ ਮਸੰਮੀ ਖਾਊਂਗਾ ਇੱਕ ਉਹ ਬਣਾ ਦੇ ਦੁੱਧ 'ਚ ਖਾਧਾ ਸੀ ਪਰ ਬਣਾ ਦੇ ਹੁਣ ਫਿਰ ਉਹੀ ਖਾਊਂਗਾ ਮਾੜਾ ਮੋਟਾ ਖਾ ਲੂੰ ਚੱਲ ਦੁੱਧ ਦੁੱਧ 'ਚ ਪਾਊਡਰ ਪਾ ਕੇ ਇਹੀ ਬਣਾ ਦੇ ਮੇਰੇ ਵਾਸਤੇ ਮਸੰਮੀ ਵੀ ਕੱਟ ਦੇ ਇਹਦੇ ਵਿੱਚ ਹੀ ਰੱਖ ਲਈ ਮਸੰਮੀ ਦਾ ਕੱਟ ਕੇ ਸਵੇਰੇ ਦੁਸਹਿਰੇ ਦੀ ਕੀ ਤਿਆਰੀ ਕਰੀ ਹੈਗੀ ਅੱਛਾ ਇਹਨੂੰ ਵੀ ਜਾਣਗੇ ਚੱਲ ਚੱਲ ਸਵੇਰੇ ਦਿਖਾਵਾਂਗੇ ਸਾਰਾ ਕੁਛ ਹੁਣ ਤਾਂ ਸਾਨੂੰ ਪਹਿਲਾਂ ਤਾਂ ਮੈਨੂੰ ਖਾਣ ਨੂੰ ਦੇ ਦੇ ਮੇਰੇ ਢਿੱਡ ਚ ਗੁੜ ਗੁੜ ਹੋ ਰਹੀ ਹੈਗੀ ਤੈਨੂੰ ਪਤਾ ਨੀ ਹੈਗਾ ਬਹੁਤ ਔਖਾ ਹੋ ਰਿਹਾ ਛੇਤੀ ਬਣਾ ਉੱਠ ਖੜੇ ਹੋ ਜਾਓ ਤੇ ਠੀਕ ਹੈ ਗਾਇਸ ਹੁਣ ਖਾਣ ਪੀਣ ਵਾਸਤੇ ਬਣਾ ਰਹੇ ਹਾਂ ਤੇ ਫਤਿਹ ਹੋਰੀ ਨੇ ਤਾਂ ਖਾ ਲਿਆ ਕਿੱਥੇ ਰੋਟੀ ਖਾਧੀ ਨਹੀਂ ਰੋਟੀ ਖਾਧੀ ਹਲੇ ਇਹਨਾਂ ਨੇ ਦੀਵਾ ਨਹੀਂ ਲਾਇਆ ਸਾਂਝੀ ਨੂੰ ਇਹਨਾਂ ਨੇ ਆਹ ਤਾਂ ਇਹਨਾਂ ਕੰਮ ਨਹੀਂ ਬੈਠੇ ਨੇ ਇਹ ਹਾਂ ਦੀਵਾ ਤਾਂ ਨਾ ਦੀਵਾ ਲਾਣਾ ਗੱਲਾਂ ਗਾਇਸ ਇਹ ਬਣਾ ਰਹੇ ਨੇ ਕਿ ਹੁਣ ਮੇਰੇ ਵਾਸਤੇ ਖਾਣ ਪੀਣ ਨੂੰ ਦੇਖੋ ਇੱਕ ਤਾਂ ਇਹਨਾਂ ਨੇ ਮੈਨੂੰ ਖਾਣ ਪੀਣ ਨੂੰ ਨਹੀਂ ਬਣਾ ਦਿੱਤਾ ਮੈਨੂੰ ਇਹ ਦੇਣਾ ਪੈਂਦਾ ਚਾਉਣੀ ਦਿੱਤਾ ਝੂਕੀਏ ਇੰਨਾ ਕੁਛ ਖਵਾਉਣ ਪਿਆ ਬਾਅਦ ਵੀ ਤੂੰ ਮੇਰੇ ਨਾਲ ਕਰਦੀ ਹੈ ਨਹੀਂ ਇਹਦੇ ਵਾਸਤੇ
ਤੁਸੀਂ ਵੀ ਵਲੌਗ ਦੇ ਵਿੱਚ ਦੇਖਦੇ ਰਹਿੰਦੇ ਹੋਗੇ ਇਹਦੇ ਵਾਸਤੇ ਕਿੰਨਾ ਬਣਾਉਣਾਗਾ ਮੈਂ ਹਨਾ ਪਹਿਲੇ ਇਹਨੂੰ ਸੁੱਤੀ ਪਈ ਨੂੰ ਉੱਲ ਜਾ ਕੇ ਕੁਲਚੇ ਪਵਾਉਣਾ ਬਰਗਰ ਪਵਾਉਣਾ ਗਾ ਬਣਾ ਕੇ ਉਹਦੇ ਹੱਥਾਂ ਨਾਲ ਹੋਰ ਕਿੰਨਾ ਕੁਝ ਪਵਾਉਣਾ ਗਾ ਇਹਦੇ ਵਾਸਤੇ ਮੈਗੀ ਮੂਵੀ ਕਿੰਨਾ ਬਣਾਉਣਾ ਆਏ ਤਾਂ ਤੁਹਾਨੂੰ ਕਹਿੰਦੇ ਤੁਸੀਂ ਬਣਾਉਂਦੇ ਆਏ ਗਾ ਵੀ ਮੇਰਾ ਸਪੈਸ਼ਲ ਰਿਟਰਨ ਨਹੀਂ ਕਰਿਆ ਹੁਣ ਸਪੈਸ਼ਲ ਉਹ ਸਪੈਸ਼ਲ ਨਹੀਂ ਹੁੰਦਾ ਹੋਰ ਕਿਹਦੇ ਸਪੈਸ਼ਲ ਠੀਕ ਆ ਜੀ ਤੁਸੀਂ ਬਣਾ ਦੇਣਾ ਮੱਥਾ ਟੇਕ ਦੇ ਦੋ ਜਰਾ ਜੀ ਦੇਖ ਲੈ ਫਤਿਹ ਲਓ ਜੀ ਪਹਿਲੇ ਤਾਂ ਸਾਰੇ ਪਹਿਲਾਂ ਮੱਥਾ ਟੇਕਦੇ ਨੇ ਆਪਾਂ ਰਾਵਣ ਮੇਰਾ ਮਨੂ ਰਾਵਣ ਰਾਮ ਮਨੂ ਰਾਵਣ ਬਣਾਤਾ ਹੈਲੋ ਰਾਮ ਰਾਵਣ ਹੈਲੋ ਰਾਵਣ ਸਾਹਿਬ ਦੇਖ ਲੈ ਮਨੂ ਰਾਵਣ ਬਣਾਉਂਦੀ ਹੈ रावण का सिर कट जूगा अग ला दे ਉੱਟਰ ਜਾ ਗਰਲੀਆਂ ਆਏ ਗਲਗੁੜ ਗਿਆ ਸੜ ਤੇ ਚਲੋ ਠੀਕ ਹੈ ਗਾਇਸ ਹੁਣ ਕੁਝ ਖਾਣ ਪੀਣ ਨੂੰ ਬਣਾਉਣੇ ਹੈਗੇ ਤੇ ਖਾਣੇ ਪੀਣੇ ਕੇ ਪਹਿਲਾਂ ਤਾਂ ਕਿਉਂਕਿ ਭੁੱਖ ਬਹੁਤ ਲੱਗ ਰਹੀ ਹੈਗੀ ਦੁਪਹਿਰ ਤੋਂ ਖਾਦਾ ਹੋਇਆਗਾ ਦੁਪਹਿਰ ਤੇ ਖਾਂਦੇ ਹੁੰਦੇ ਹੋਰ ਕਿ ਸਵੇਰੇ ਖਾਂਦੇ ਹੁੰਦੇ ਫਿਰ ਕਿਉਂ ਉਹ ਵਿੱਚ ਵਿੱਚ ਵੀ ਖਾ ਸਕਦਾ ਬੰਦਾ ਤੁੰਦਾ ਚਾਹ ਵੀ ਲੈ ਕੇ ਖਾ ਸਕਦੀ ਹੈ ਚਾਹ ਵੀ ਪੀ ਸਕਦੀ ਹੈ ਦੇਖ ਲਓ ਹਜੇ ਵੀ ਨਹੀਂ ਮਰਦੀ ਹੈਗੀ ਚਲੋ ਠੀਕ ਹੈ ਜੀ ਹੁਣ ਫਿਰ ਖਾ ਪੀ ਕੇ ਫਿਰ ਦੁਬਾਰਾ ਮਿਲਦੇ ਆ ਅ ਫਿਊ ਮੋਮੈਂਟਸ ਲੇਟਰ ਲਓ ਜੀ ਗਾਇਸ ਬੈਠੇ ਰੋਟੀ ਪਾਣੀ ਖਾ ਰਹੇ ਨੇ ਹੁਣ ਬੱਚੇ ਅਸੀਂ ਵੀ ਆਪਣਾ ਖਾ ਪੀ ਲਿਆ ਗਾ ਦਹੀਂ ਅੱਜ ਇੱਕ ਕੌਲੀ ਨਾਲ ਕਿਵੇਂ ਸਾਰ ਲਿਆ ਤੁਸੀਂ ਦੋਨਾਂ ਨੇ ਨਹੀਂ ਤਾਂ ਡੱਡ ਲਿਆਉਣੇ ਹੁੰਦੇ ਹੋ ਅੱਜ ਖਾਦੇ ਨਹੀਂ ਹੁਣ ਕੱਟ ਕੇ ਖਾਣੋ ਮੌਸਮ ਚੇਂਜ ਹੋ ਗਿਆ ਬਿਮਾਰ ਹੋ ਜਾਂਦੇ ਨੇ ਬੱਚੇ ਵੀ ਖਾਂਗੇ ਖਾਂਗੇ ਕਿੰਨੇ ਬੱਚਿਆਂ ਨੂੰ ਬੁਖਾਰ ਹੋ ਰਿਹਾ ਬੁਖਾਰ ਤਾਂ ਬਹੁਤ ਚੱਲ ਰਿਹਾ ਹਰੇਕ ਨੂੰ ਹੋ ਰਿਹਾ ਲਗਭਗ ਹਰੇਕ ਨੂੰ ਹੋ ਰਿਹਾ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਅਸੀਂ ਬੱਚੇ ਹੋਏ ਆ ਬਚ ਕੀ ਰਹੇ ਹੋ ਥੋੜਾ ਕੁ ਮੈਨੂੰ ਵੀ ਹੋ ਗਿਆ ਮੇਰੇ ਸਿਰ ਦੁੱਖ ਲੈ ਸੀ ਕੱਲ ਸਵੇਰੇ ਅੱਜ ਸੱਚ ਮਾਮਾ ਮਾਤੇ ਅੱਜ ਵਿਚਰ ਗਿਆ ਕੀ ਕਹਿੰਦਾ ਕਹਿੰਦਾ ਸਕੂਲ ਨਹੀਂ ਜਾਣਾ ਮਾਮਾ ਛੁੱਟੀ ਮਾਰ ਲੈਣਾ ਕੋਈ ਨਾ ਅੱਜ ਤੁਸੀਂ ਜਾਣਾ ਕਹਿੰਦਾ ਰਿਪੋਰਟ ਬਸਾਂ ਤਿਆਰ ਕਰਿਆ ਰੋਡ ਪਿੱਟ ਤੋਂ ਗਾਣਾ ਕੱਢ ਕੱਢ ਕੇ ਇੱਥੇ ਇਹਨੇ ਖਾ ਲੈ ਕਾਲਾ ਕਾਲਾ ਚੱਕ ਦੋ ਜੀ कमेंट जरूर दस्यो गलीन की क्वेश्चन है तेरा जिहड़ी चीजां हुंदियां ने उहनां दा नाम किवें रखदे ने दस्सो गाइस जिहड़ियां चीजां हुंदियां ने कोई भी चीज आ गई जिवें ਉਹਨਾਂ ਦਾ ਨਾਮ ਕਿਵੇਂ ਰੱਖਿਆ ਜਾਂਦਾ ਗਾ ਦੱਸ ਹੈ ਕੋਈ ਫੁੱਟਬਾਲ ਨਹੀਂ ਆ ਗਈ ਹੈ ਉਹ ਬਾਲ ਬਣ ਗਿਆ ਬਾਲ ਨੂੰ ਬਾਲ ਕਿਉਂ ਕਹਿੰਦੇ ਨੇ ਕਿਉਂਕਿ ਗੋਲ ਹੈ ਗੋਲ ਤਾਂ ਹੈਗੀ ਫਿਰ ਉਹਨੂੰ ਬਾਲ ਕਿਉਂ ਕਹਿੰਦੇ ਨੇ ਪਤਾ ਨਹੀਂ ਤਾਂ ਬਸ ਫੁੱਟਬਾਲ ਦੀ ਸਭ ਨੇ ਆਂਦੀ ਬਾਲ ਫੁੱਟੇ ਦਾ ਸੱਟ ਕਿਵੇਂ ਰੱਖਿਆ ਹੈ ਫੁੱਟਾ ਹਾਂ ਦੱਸ ਕਿਉਂਕਿ ਕਿੱਕ ਮਾਰਦੇ ਉਹਦੇ ਨਾਲ ਅੱਛਾ ਤਾਂ ਉਹਨੂੰ ਫੁੱਟਬਾਲ ਕਹਿੰਦੇ ਨੇ ਅੱਪਾ ਹੱਥ ਨਾਲ ਵੀ ਮਾਰ ਸਕਦੇ ਫੁੱਟਬਾਲ ਨੂੰ ਫੁੱਟਬਾਲ ਹੀ ਕਿਉਂ ਕਹਿੰਦੇ ਨੇ ਬਾਲ ਕਿਉਂ ਕਹਿੰਦੇ ਨੇ ਫੁੱਟ ਦਾ ਮਤਲਬ ਪੈਰ ਪੈਰ ਨਾਲ ਖੇਡਣ ਵਾਲੀ ਬਾਲ ਕਿਉਂ ਕਹਿੰਦੇ ਨੇ ਉਹਨੂੰ ਵੀ ਹਵਾ ਨੂੰ ਹਵਾ ਕਾ ਤੋਂ ਕਹਿੰਦੇ ਨੇ ਚਲੋ ਗਾਇਸ ਜੇ ਤੁਹਾਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਦੇਖਾਂਗੇ ਵੀ ਕਿਹਦਾ ਜਿਹੜਾ ਆਂਸਰ ਹੈਗਾ ਉਹ ਸਹੀ ਹੈਗਾ ਠੀਕ ਹੈ ਜੀ ਅਤੇ ਅੱਜ ਦਾ ਵਲੌਗ ਆ ਜਿਹੜਾ ਆਪਾਂ ਇੱਥੇ ਖਤਮ ਕਰ ਦਿਆਂਗੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਵਿੱਚ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਲਦੀ ਕਰ ਲਓ ਸਬਸਕ੍ਰਾਈਬ ਹੁਣ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਨਵੇਂ ਵਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ ਗਾਈਸ ਸਰ ਹਣਾ ਗੂਗਲ ਚ ਚੀਟਿੰਗ ਕਰਨੀ ਦੱਸੋ ਕਦੇ ਤਾਂ ਪੁੱਛੋ ਚੀਟਿੰਗ ਨਹੀਂ ਕਰਨੀ